ਚਲੋ ਮੈਂ ਕੀ ਇਹਦਾ ਜਵਾਬ ਦੇਵਾਂ? ਇਹ ਹੁਣ ਜ਼ੋਰ ਲਾਇਆ ਵੀ ਹਰਸਿਮਰਤ ਨੇ ਲਾਇਆ, ਮੈਂ ਆਪ ਕਹਿ ਰਿਹਾ ਕਿ ਸਾਰਾ ਸਿੱਧੂ ਸਿੱਧੂ ਦੀ ਗੱਲ ਕੋਈ ਨਾ ਸੁਣਿਆ ਕਰੋ। ਜਿਹੜਾ ਉਹ ਕੋਈ ਕਹੇ ਗਿਆ ਪਾਕਿਸਤਾਨ ਦੇ ਗਿਆ ਸੀ ਮਿਲ ਕੇ ਆਇਆ, ਉੱਥੇ ਗੱਲ ਕੀਤੀ ਬਾਜਵਾ ਦੇ ਨਾਲ ਸੈਨਿਆ ਮੁਖੀ ਦੇ ਨਾਲ। ਬੇਟਾ ਤੁਸੀਂ ਜੋ ਮਰਜ਼ੀ ਲਿਖੀ ਜਾਓ, ਇਹ ਗਵਰਨਮੈਂਟ ਨੇ ਅਸੀਂ ਰਿਕੁਐਸਟ ਕੀਤੀ ਹੈ, ਬੇਨਤੀ ਕੀਤੀ ਹੈ ਵੀ ਹਰਸਿਮਰਤ ਕੌਰ ਨੇ ਬਹੁਤ ਕੋਸ਼ਿਸ਼ ਕੀਤੀ ਹੈ, ਮੈਂ ਵੀ ਉਹਨਾਂ ਨੂੰ ਬੇਨਤੀ ਕੀਤੀ ਹੈ। ਚਲੋ ਛੱਡੋ, ਤੁਸੀਂ ਨੈਗੇਟਿਵ ਸਵਾਲ ਕਰੋ। ਨਹੀਂ ਸਿੱਧੂ ਸਿੱਧੂ ਦਾ ਕੋਈ ਇਹਦੇ ਨਾਲ ਰੋਲ ਨਹੀਂ, ਸਿੱਧੂ ਸਿੱਧੂ ਨੇ ਜੋ ਬੀਜੇਪੀ ਨਾਲ ਕੀਤੀ ਹੈ ਸਭ ਨੂੰ ਪਤਾ, ਉਹਦੇ ਪਿੱਠ ਚੁਰਾ ਮਾਰਿਆ, ਉਹਦੇ ਅੱਖ ਕੀ ਕਰ ਸਕਦੇ? ਵੀ ਥੋੜਾ ਤਾਂ ਵੇਖੋ ਨਾ, ਉਹਨੂੰ ਆਦਾ ਹੁੰਦਾ ਸੀ ਮੇਰਾ ਸਿਆਸੀ ਗੁਰੂ ਹੈ, ਸਿਆਸੀ ਪਿਓ ਹੈ, ਉਹਨੂੰ ਹਰਾਉਣ ਚ ਸਭ ਤੋਂ ਵੱਧ ਜ਼ੋਰ ਲਾਇਆ। ਇਸ ਕਰਕੇ ਠੀਕ ਹੈ, ਦੱਸੋ ਜਿਹੜੇ ਰਹਿ ਗਏ ਨੇ ਜਿਹੜੇ ਵੱਡੇ ਕਾਤਲ ਰਹਿ ਗਏ ਨੇ 84 ਦੇ ਆਰੋਪੀ ਦਾ ਟਾਈਟਲਰ ਆ ਜਾਂ ਹੋਰ, ਦੇਖੋ ਫੈਸਲਾ ਤਾਂ ਕਰਨਾ ਹੈ ਜੱਜਾਂ ਨੇ, ਲੇਕਿਨ ਜਿਹੜੀ SIT ਮੁਕਰਰ ਕੀਤੀ, ਜਿਹੜੇ ਕੇਸ ਬਿਲਕੁਲ ਬੰਦ ਹੋ ਗਏ ਸਨ, ਖਤਮ ਕਰਤੇ ਸਨ ਕਾਂਗਰਸ ਨੇ, ਖੋਲਿਆ। ਇਸ ਕਰਕੇ ਉਮੀਦ ਹੈ ਕਿ ਜੁਡੀਸ਼ਰੀ ਜਿਹੜੀ ਹੈ ਉਹ ਠੀਕ ਫੈਸਲਾ ਸੁਣਾਏਗੀ। ਅੱਛਾ ਬਾਦਲ ਸਾਹਿਬ, ਤੁਸੀਂ SIT ਦੇ ਕੰਮ ਨੂੰ ਕਿਸ ਤਰ੍ਹਾਂ ਦੇਖ ਰਹੇ? ਕਿਹੜਾ ਜਿਹੜਾ ਬਹਿਬਲ ਕਲਾ ਦੇ ਗੋਲੀਕਾਂਡ ਦੇ ਉੱਪਰ SIT ਬਣਾਈ ਗਈ ਆ ਕਾਂਗਰਸ ਵੱਲੋਂ, ਤੁਸੀਂ ਉਹਦੇ ਕੰਮ ਨੂੰ ਕਿੱਦਾਂ ਦੇਖ ਰਹੇ? ਉਹਦੇ ਦੋ ਮੁੱਦੇ ਆ ਜੀ। ਵਿੱਕੀ ਬਾਈ ਥੋੜਾ ਮਾਈਕ ਥੱਲੇ। ਇੱਕ ਮੁੱਦਾ ਹੈ ਕਿ ਇਹ ਅੱਗੇ ਵੀ ਇਹਨਾਂ ਨੇ ਬਿਆਨ ਦਿੱਤੇ ਖੁੱਲੇ, ਦਿੱਲੀ ਵੀ ਅਮਰਿੰਦਰ ਨੇ, ਕਿ ਜਦੋਂ ਮੇਰੀ ਸਰਕਾਰ ਆਊ ਬਾਦਲਾਂ ਨੂੰ ਮੰਦਰ ਦੇਣਾ। ਇਹ ਇਹ ਪੱਕਾ, ਇਹ ਪਿਛਲੀ ਵਾਰ ਜਦੋਂ ਇਹਨਾਂ ਦੀ ਸਰਕਾਰ ਸੀ, ਇਹਨੇ ਮੇਰੇ 'ਤੇ ਰੋਕ ਲਾ, ਇਹਨੇ 10,000 ਏਕੜ ਫਲਾਨਾ ਦਾ ਫਲਾਨਾ, ਮੇਰਾ ਖਿਆਲ ਆ ਕਿ ਜੇ ਲਿਸਟ ਬਣਾਈਏ ਤਾਂ ਕਈ ਕਾਗਜ਼ ਭਰ ਜਾਣ, ਅਤੇ ਸਾਰੇ ਕੋਰਟ ਨੇ ਸਾਨੂੰ ਬਰੀ ਕੀਤਾ। 7 ਸਾਲ ਅਸੀਂ ਭੇਜੀਆਂ ਆਪਣੇ ਕਚਹਿਰੀ 'ਚ ਜਾਂਦੇ ਰਹੇ ਹਾਂ, ਐਜ ਚੀਫ ਮਿਨਿਸਟਰ ਵੀ ਮੈਂ ਜਾਂਦਾ ਰਿਹਾ, ਅਤੇ ਸਭ ਤੋਂ ਦੁੱਖ ਦੀ ਗੱਲ ਕਿ ਮੇਰੀ ਵਾਈਫ 'ਤੇ ਵੀ ਉਹਨਾਂ ਨੇ ਮੁਕੱਦਮਾ ਦਰਜ ਕੀਤਾ ਜਿਹੜਾ ਸਾਰਾ ਕੀ। ਇਹ ਹੁਣ ਦੁਬਾਰਾ ਇਹ ਜਿਹੜਾ ਹੈ, ਕਿਉਂਕਿ ਇਹ ਵੰਡੇਟਾ ਨੇਚਰ ਜਿਹੜੀ ਹੈ ਸਰਾਬ ਨਰਿੰਦਰ ਸਿੰਘ ਦੀ, ਇਹ ਫਿਰ ਦੁਹਰਾਉਂਦੇ ਨੇ ਰਾਜੇ ਮਹਾਰਾਜੇ ਨੇ, ਇਹਨਾਂ ਦਾ ਵੰਡੇਟਾ ਬਲੱਡ 'ਚ ਹੀ ਹੁੰਦਾ। ਤਾਂ ਇਹ ਹੁਣ ਇਹਨਾਂ ਦਾ ਦੋ ਮਤਲਬ ਹੈ, ਇੱਕ ਤਾਂ ਬਾਦਲਾਂ ਨੂੰ ਕਿਸੇ ਤਰ੍ਹਾਂ ਬਦਨਾਮ ਕਰਨਾ, ਝੂਠੇ ਦਾਅਵੇ ਕਰਨੇ, ਇੱਕ ਜਿਹੜੇ ਬਰਗਾੜੀ ਬੈਠੇ ਉਹਨਾਂ ਨੂੰ ਖੁਸ਼ ਕਰਨਾ। ਜਿਹੜੀ SIT ਹੈ ਤੁਸੀਂ ਇਹਨੂੰ ਕਿੰਨਾ ਸਵੀਕਾਰ ਸੋਚਦੇ? ਰੱਦ ਨਹੀਂ, ਇਹ ਜਿਹੜੀ ਹੁਣ ਅਸੀਂ ਐਜ ਏ ਲਾ ਅਬਾਈਡਿੰਗ ਸਿਟੀਜ਼ਨ ਪੇਸ਼ ਹੋਏ ਹਾਂ, ਲੇਕਿਨ ਇਹਦਾ ਜਿਹੜਾ ਫੈਸਲਾ ਹੋਣਾ ਹੈ ਵੈਟਰੋਂ ਕਰਨੀ ਹੈ, ਕਿ ਰਿਪੋਰਟ ਅਮਰਿੰਦਰ ਦੇ ਕਹਿਣ 'ਤੇ ਹੋਣੀ ਹੈ। ਤੁਸੀਂ ਤੁਸੀਂ ਇਹ ਤੁਸੀਂ ਇਹ ਵੇਖੋ ਨਾ, ਕੋਈ ਆਫੀਸਰ ਕੋਈ ਇਹੋ ਜਿਹਾ ਹੈ ਜਿਹੜਾ ਚੀਫ ਮਿਨਿਸਟਰ ਦੇ ਕਹਿਣ ਤੋਂ ਪਾਸੇ ਹੈ? ਕੋ ਹੈ DC ਹੁੰਦੇ ਆ, ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਕਹਿਣ ਤੇ ਹੋ ਰਿਹਾ ਸਾਰਾ ਉਹਨਾਂ ਦੇ। ਜਿਹੜਾ ਪੰਜਾਬ ਦੇ ਵਿੱਚ ਇੱਕ ਨਵਾਂ ਦੁਬਾਰਾ ਟੈਰਰਿਜ਼ਮ ਲੈ ਕੇ ਆ ਰਹੇ ਨੇ ਜਾਂ ਸ਼ੋ ਕਰ ਰਹੇ ਨੇ ਕਿ ਟੈਰਰਿਜ਼ਮ ਆ ਗਿਆ, ਬੰਬ ਬਲਾਸਟ ਜਲੰਧਰ 'ਚ ਹੋ ਗਿਆ, ਅੰਮ੍ਰਿਤਸਰ, ਤੁਸੀਂ ਇਹਨੂੰ ਇਹ ਪੋਲੀਟੀਕਲ ਏਜੰਡੇ ਥਰੂ ਦੇਖਦੇ ਹੋ ਕਿ ਟੈਰਰਿਜ਼ਮ ਦੇਖਦੇ ਹੋ? ਕੀ ਦੇਖਦੇ ਹੋ? ਇਹ ਜੀ ਜਿਹੜਾ ਇਹਨਾਂ ਨੇ ਜਦੋਂ ਤੁਸੀਂ ਚਲੇ ਜਾਂਦੇ ਹੋ ਕਾਂਗਰਸ ਆਉਂਦੀ ਉਦੋਂ ਕਿਉਂ ਹੁੰਦਾ? 10 ਸਾਲ ਤੁਸੀਂ ਰਹੇ, ਬੰਬ ਫਟੇ ਨਹੀਂ ਕੋਈ ਵੀ। ਅਰਜ਼ ਹੈ ਕਿ ਇਹਨਾਂ ਦੀ ਜਿਹੜੀ ਪਾਲਿਸੀ ਹੈ ਨਾ, ਕਿ ਇਹ ਹਿੰਦੂ ਸਿੱਖ ਡਿਵਾਈਡ ਚਾਹੁੰਦੇ, ਅਸੀਂ ਹਿੰਦੂ ਸਿੱਖ ਭਾਈਚਾਰਕ ਸਾਂਝ ਅਮਨ ਸ਼ਾਂਤੀ ਚਾਹੁੰਦੇ ਹਾਂ। ਹਿੰਦੂ ਅੱਗੇ ਵੀ ਜਿਹੜਾ ਇੱਥੇ ਅੱਤਵਾਦ ਪਿਛਲੇ 15 ਸਾਲ ਆਪਾਂ ਭੋਗਿਆ, ਉਹ ਇਹਨਾਂ ਦੀ ਇੱਕ ਹੈ ਕਿ ਜੇ ਇਹ ਦੋ ਭਰਾ ਫਟੇ ਰਹਿਣਗੇ ਤਾਂ ਸਾਡੀ ਸਰਕਾਰ ਬਣੂਗੀ। ਇਸ ਕਰਕੇ ਦੇਖੋ ਉਹਨਾਂ ਨੇ ਇਹ ਜਾ ਐਟਮੋਸਫੀਅਰ ਸੋਸ਼ਲ ਮੀਡੀਆ ਦਾ ਇੱਕੋ ਹੀ ਸਵਾਲ ਹੈ ਕਿ ਜਦੋਂ ਅਕਾਲੀ ਹੁੰਦੇ ਨੇ ਉਦੋਂ ਕੁਛ ਨਹੀਂ, ਅਕਾਲੀ ਜਾਂਦੇ ਹੀ ਹੈ ਤੇ ਟੈਰਰਿਜ਼ਮ ਆ ਗਿਆ, ਇਹ ਕਿਸ ਤਰ੍ਹਾਂ ਆ ਜਾਂਦਾ ਹੈ? ਇਹਦਾ ਇਹ ਉਹਨਾਂ ਦੀ ਮਦਦ ਕਰਦੇ ਆ। ਹੁਣ ਜਿਹੜੇ ਬਰਗਾੜੀ ਵਾਲੇ ਉਹਨਾਂ ਦੀ ਕਿੰਨੀ ਮਦਦ ਕਰਦੇ ਆ ਤੁਹਾਨੂੰ ਪਤਾ, ਉਹ ਇਹਨਾਂ ਨੂੰ ਮਿਲਦੇ ਆ, ਇਹਨਾਂ ਦੇ ਵਜ਼ੀਰ ਉੱਥੇ ਜਾਂਦੇ ਆ, ਉਹਨਾਂ ਨਾਲ ਵਾਅਦਾ ਵੀ ਇਹ ਕੀਤਾ ਹੈ ਕਿ ਅਸੀਂ ਬਾਦਲਾਂ ਨੂੰ ਅੰਦਰ ਦੇਵਾਂਗੇ। ਮੇਰੀ ਹੋਰ ਸੁਣੋ, ਸੁਖਵੀਰ ਤੇ ਅਟੈਕ ਹੋਇਆ ਉੱਥੇ ਸੰਗਰੂਰ 'ਚ, ਤੁਸੀਂ ਹੈਰਾਨ ਹੋ ਗਏ, ਉਹ ਪਰਚਾ ਦਰਜ ਕਰਨ ਨੂੰ ਤਿਆਰ ਨਹੀਂ ਸਨ, ਉਹਨਾਂ ਬੰਦਿਆਂ ਦੇ ਨਾਲ ਪੁਲਿਸ ਸੀ, ਫੋਟੋਆਂ ਹੈਗੀਆਂ, ਕੋਈ ਇਹੋ ਜਿਹੀ ਕੋਈ ਗਲਤ ਗੱਲ ਨਹੀਂ, ਮੈਂ ਆਪਣੀ ਜ਼ਿੰਦਗੀ 'ਚ ਗਲਤ ਗੱਲ ਨਹੀਂ ਕਹਿੰਦਾ। ਹੁਣ ਉਹਨਾਂ ਨੇ ਕਹਿਣ 'ਤੇ ਉਹ ਮੁਕੱਦਮਾ ਵਾਪਸ ਲੈ। ਸੈਂਟਰ 'ਚ ਤੁਹਾਡੀ ਗੌਰਮੈਂਟ ਹੈ, ਤੁਸੀਂ ਕੁਛ ਇੱਦਾਂ ਦਾ ਨਹੀਂ ਪਲਾਨ ਕਰ ਸਕਦੇ ਕਿ ਪੰਜਾਬ ਦੇ ਵਿੱਚ ਸੈਂਟਰ ਗੌਰਮੈਂਟ ਆਪਣੇ ਹੱਥ ਲਵੇ? ਸਾਨੂੰ ਐਂ ਕਿਵੇਂ ਲੈ ਸਕਦੀ ਹੈ ਜੀ? ਇਹ ਦੇਖੋ ਗੱਲ ਹੈ, ਉਹ ਜਿਹੜੀ ਗੱਲ ਹੈ ਬਾਰ ਬਾਰ ਆ ਰਹੀ ਹੈ, ਉਹ
ਇਹ ਨੈਸ਼ਨਲ ਇਸ਼ੂ ਹੈ। ਸੂਦਾ ਕਾਂਡ ਦੇ ਵਿੱਚ ਵੀ ਐਨਆਈਏ ਨੂੰ ਆਉਣਾ ਪਿਆ, ਉੱਧਰ ਵੀ ਐਨਆਈਏ ਨੂੰ, ਦੇਖੋ ਇਹ ਐਨਆਈਏ ਨੂੰ ਆਉਣਾ ਪਿਆ। ਇਹ ਜਿਹੜੇ ਇਹ ਪ੍ਰੋਬਲਮ ਹੁਣ ਸਾਰੇ ਦੇਸ਼